ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਮੈਂ ਜਤਿੰਦਰ ਸਿੰਘ ਖਹਿਰਾ ਤੁਸੀਂ ਦੇਖਦੇ ਪਏ ਹੋ ਪੰਜਾਬੀ ਚੈਨਲ ਜੇ ਕਿਸ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਤੇ ਅੱਜ ਆਪਾਂ ਗੱਲ ਕਰਾਂਗੇ ਭਾਗ ਨੰਬਰ 18 ਜੋਗ ਆਪਣੇ ਖੇਤੀ ਦੇ ਜਾਂ ਆਪਣੇ ਗਾਰਡਨ ਦੇ ਵਿੱਚ ਜਿਹੜੇ ਆਪਣੇ ਕਹਿ ਸਕਦੇ ਆ ਸਮਾਨ ਵਰਤਿਆ ਜਾਂਦਾ ਹੈ ਜੋ ਕਈ ਹੋ ਗਈ ਖੁਰਪੀ ਹੋ ਗਈ ਜਾਂ ਕੋਈ ਵੀ ਜਿੱਦਾਂ ਚੀਜ਼ ਆਊਗੀ ਇਹਦੇ ਵਿੱਚ ਜਿੱਦਾਂ ਸਾਰੀਆਂ ਆ ਦਿੱਸਦੀਆਂ ਨੇ ਪਈਆਂ ਉੱਪਰ ਮੈਂ ਸਕਰੀਨ ਤੇ ਦਿਖਾ ਰਿਹਾ ਮੈਂ ਤੇ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਨੂੰ ਜਿੱਦਾਂ ਇਟਾਲੀਅਨ ਦੇ ਵਿੱਚ ਨਾਲ ਉਹਦੀ ਜਿੱਦਾਂ ਫੋਟੋ ਦਿਖਾਵਾਂਗਾ ਅੱਜ ਮੈਂ ਕੁਛ ਟੰਗ ਚੇਂਜ ਕੀਤਾ ਹੈ ਥੋੜਾ ਜਿਆ ਜਿਆਦੀ ਸਮਝ ਆਵੇ ਕਿਉਂਕਿ ਥੋੜਾ ਜਿੱਦਾਂ ਇੰਡੀਆ ਦਾ ਤੇ ਇਟਾਲੀਅਨ ਦੇ ਥੋੜੇ ਜਿੱਦਾਂ ਕਹਿ ਸਕਦੇ ਆ ਸਮਾਨ ਇਹਦਾ ਵੱਖਰਾ ਹੈ ਥੋੜਾ ਇਸ ਕਰਕੇ ਤੁਹਾਨੂੰ ਸਪੈਸ਼ਲ ਨਾਲ ਦਿਖਾਇਆ ਜਾਊਗਾ ਠੀਕ ਹੈ ਜੀ ਤੇ ਚਲੋ ਆਪਾਂ ਸਭ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆ ਜਾਂਦਾ ਆ ਹੁੰਦਾ ਜਿੱਦਾਂ ਇੱਕ ਇੱਕ ਪਾਸੇ ਕਈ ਜੀ ਹੁੰਦੀ ਛੋਟੀ ਤੇ ਦੂਜੇ ਪਾਸੇ ਹੁੰਦਾ ਜਿੱਦਾ ਤਿੱਖੇ ਦੋ ਛੁਰੀਆਂ ਲੱਗੀਆਂ ਹੁੰਦੀਆਂ ਠੀਕ ਹੈ ਤੇ ਜੇ ਥਾਂ ਥੋੜਾ ਪੱਕਾ ਹੋਵੇ ਤੇ ਫਿਰ ਉਹ ਛੁਰੀਆਂ ਵਾਲਾ ਪਾਸਾ ਲਾ ਲੈਂਦੇ ਨੇ ਤੇ ਜੇ ਥਾਂ ਜਿੱਦਾਂ ਥੋੜਾ ਜਿਹਾ ਪੋਲਾ ਹੋਵੇ ਤਾਂ ਫਿਰ ਉਹ ਜਿੱਦਾਂ ਕਈ ਮੰਗੂ ਜਿੱਦਾਂ ਖਰੋਚ ਲੈਂਦੇ ਨੇ ਇਹਨੂੰ ਕਹਿ ਦਿੰਦੇ ਨੇ ਸਰਕੀਏਲੋ ਸਰਕੀਏਲੋ ਠੀਕ ਹੈ ਜੀ ਅੱਗੇ ਆ ਗਿਆ ਇਦੇ ਨਾਲ ਪਾਣੀ ਜਦਾਂ ਆਪਾਂ ਕੋਈ ਬੂਟੇ ਨੂੰ ਦੇਣਾ ਹੋਵੇ ਗਾਰਡਨ ਦੇ ਵਿੱਚ ਜਾਂ ਆਪਾਂ ਕੋਈ ਸਬਜ਼ੀ ਨੂੰ ਦੇਣਾ ਪਾਣੀ ਤੇ ਜਿੱਦਾਂ ਇੱਕ ਕੇਰਲੀ ਜੀ ਹੁੰਦੀ ਇਹਦਾ ਤੇ ਇਹਨੂੰ ਕਹਿੰਦੇ ਨੇ ਅਨਾਫਿਆ ਤੋਯੋ ਠੀਕ ਹੈ ਅਨਾਫਿਆ ਤੋਯੋ ਅੱਗੇ ਆ ਗਿਆ ਜੀ ਫੋਰਕਾ ਇਹ ਫੋਰਕਾ ਜਦਾਂ ਆਪਣੇ ਜਦੋਂ ਕੋਈ ਆਪਾਂ ਤੰਗਲੀ ਲਾ ਲਓ ਇਹਨੂੰ ਤੰਗਲੀ ਵਾਂਗੂ ਹੈ ਜਦੋਂ ਆਪਾਂ ਕੋਈ ਪਾਲੀਆ ਪਾਉਣਾ ਵਾ ਜਾਂ ਫਿੰਨੋ ਪਾਉਣੀ ਆ ਜਾਂ ਕੋਈ ਇਹੋ ਜਿਹਾ ਕੰਮ ਕਰਨਾ ਵਾ ਉਦੋਂ ਇਸ ਚੀਜ਼ ਦੀ ਤਾਂ ਵਰਤੋਂ ਕਰਦੇ ਨੇ ਇਹਨੂੰ ਕਹਿੰਦੇ ਨੇ ਫੋਰਕਾ ਅੱਗੇ ਆ ਗਏ ਜੀ ਕੋਰਦਾ ਕੋਰਦਾ ਕਹਿੰਦੇ ਨੇ ਰਸੇ ਨੂੰ ਜਿਹਨੂੰ ਆਪਾਂ ਬੇਲ ਵੀ ਕਹਿ ਦਿੰਦੇ ਆ ਲੰਮਾ ਰਸਾ ਵੀ ਕਹਿ ਦਿੰਦੇ ਆ ਇਹਨੂੰ ਜਿੱਦਾਂ ਇੱਕ ਕੋਰਦਾ ਕਹਿੰਦੇ ਆ ਠੀਕ ਇੱਕ ਛੋਟਾ ਰਸਾ ਹੁੰਦਾ ਵਾ ਜਿੱਦਾਂ ਲਾ ਲਓ ਤੁਸੀਂ 2 ਮੀਟਰ ਦਾ ਉਹ ਹੁੰਦਾ ਜਿੱਦਾਂ ਆਪਣਾ ਕੋਈ ਜਿੱਦਾਂ ਕੋਈ ਜਾਨਵਰ ਲੈ ਕੇ ਜਾਣਾ ਤੇ ਉਹਦੇ ਵਾਸਤੇ ਉਹਨੂੰ ਆਪਾਂ ਕਹਿ ਦਿੰਦੇ ਆ ਇਹ ਲੰਘੀਨਾ ਠੀਕ ਹੈ ਬਟ ਆਹ ਵਾਲਾ ਜਿਹੜਾ ਇਹ ਕੋਰ ਦਾ ਹੈ ਲੰਮਾ ਰਸਾ ਠੀਕ ਹੈ ਜੀ ਅੱਗੇ ਆ ਗਿਆ ਜੀ ਆਪਣਾ ਬਾਲਟੀ ਸੇਕਿਓ ਬਾਲਟੀ ਕੋਈ ਹੋਵੇ ਸੇਕਿਓ ਗ੍ਰਾਮ ਦੇ ਜਾਂ ਸੇਕਿਓ ਪੀਕੋ ਲੋ ਉਹਦੀ ਕੋਈ ਟੈਂਸ਼ਨ ਨਹੀਂ ਬਸ ਸੇਕਿਓ ਦਾ ਸੇਕਿਓ ਜਦਾਂ ਠੀਕ ਹੈ ਜੀ ਅੱਗੇ ਆ ਗਿਆ ਜੀ ਆਪਣੇ ਜਦੋਂ ਆਪਾਂ ਕੰਮ ਕਰਦੇ ਨੇ ਜ਼ਿਆਦਾਤਰ ਇੱਥੇ ਲੋਕ ਜਦਾਂ ਇਹ ਘਵਾਂਂਦਿਆਂ ਪਾ ਕੇ ਕੰਮ ਕਰਦੇ ਨੇ ਆਪਣੇ ਠੀਕ ਹੈ ਉਹ ਬੱਕਰੀ ਗੱਲ ਹੈ ਕਿਸੇ ਨੂੰ ਨਹੀਂ ਚੰਗੀਆਂ ਲਗਾਤੀਆਂ ਜਾਂ ਕਿਸੇ ਨੂੰ ਪਸੀਨਾ ਆਉਂਦਾ ਆਪਣੇ ਬੰਦਿਆਂ ਨੂੰ ਜਾਂ ਕੁਝ ਉਹ ਗੱਲ ਵੱਖਰੀ ਆ ਬਟ ਗੁਆਂਟੀਆਂ ਪਾ ਗਏ ਜਿਆ ਤਰ ਦਸਤਾਨੇ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਦਸਤਾਨੇ ਗੁਆਂਟੀ ਥੇ ਸਪੈਸ਼ਲ ਹੈ ਜਿਹੜਾ ਆਪਣੇ ਮਾਰਕੀਟ ਦੇ ਵਿੱਚ ਮਿਲਦੀਆਂ ਹਨ ਤੇ ਇਹ ਪਾ ਕੇ ਹੀ ਜਿਆ ਤਰ ਕੰਮ ਕਰਦੇ ਨੇ ਲੋਕ ਵੀ ਹੱਥ ਨਾ ਖਰਾਬ ਹੋਣ ਠੀਕ ਹੈ ਜੀ ਅਗਿਆ ਜ ਆਪਣੇ ਅਸਤੀਵਾਲੇ ਕੰਮ ਵਾਲੇ ਬੂਟ ਬਟ ਕੰਮ ਵਾਲੇ ਬੂਟ ਜਿਹੜੇ ਇੱਕ ਹੁੰਦੇ ਆ ਉਹਦੇ ਅਗਲੇ ਪਨੇ ਲੋਹਾ ਲੱਗਾ ਹੁੰਦਾ ਵਾ ਠੀਕ ਹੈ ਜੀ ਇਹ ਸਕਰਪੇ ਕੋਨਫਰੋ ਵੀ ਕਹਿੰਦੇ ਆ ਤੇ ਇਹ ਜਿਹੜੇ ਆ ਇਹ ਰਬੜ ਦੇ ਹੁੰਦੇ ਨੇ ਜਿੱਦਾਂ ਤੇ ਇਹ ਗੋਡਿਆਂ ਦੇ ਲਾਗੇ ਬੰਨੇ ਜਿੱਦਾਂ ਚੱਲ ਜਾਂਦੇ ਨੇ ਕੋਈ ਉੱਚੇ ਹੁੰਦੇ ਕੋਈ ਥੋੜੇ ਨੀਵੇਂ ਵੀ ਹੁੰਦੇ ਨੇ ਤੇ ਇਹਨੂੰ ਸਤੀਵਾਲੀ ਕਹਿੰਦੇ ਨੇ ਜਦੋਂ ਆਪਾਂ ਕੋਈ ਜਿੱਦਾਂ ਕਹਿ ਸਕਦੇ ਕੋਈ ਜਿੱਦਾਂ ਗਾਰੇ ਵਾਲਾ ਕੰਮ ਜਾਂ ਕੋਈ ਆਪਾਂ ਗਿੱਲਾ ਕੰਮ ਕਰਦੇ ਪਾਣੀ ਵਾਲਾ ਕੰਮ ਕਰਦੇ ਆ ਉਹਦੇ ਵਿੱਚ ਤਾਂ ਇਸ ਚੀਜ਼ ਦੀ ਲੋੜ ਪੈਂਦੀ ਆ ਆਪਣੇ ਇੱਕ ਤੇ ਪੈਰ ਨਾਲ ਜਿੱਦਾਂ ਗਿੱਲੇ ਹੋਣ ਤੇ ਇੱਕ ਆਪਣੇ ਜਿਹੜੇ ਵੀ ਆ ਆਪਣੇ ਪੈਂਟ ਦੇ ਪੌਂਚੇ ਜਿਹੜੇ ਇਹ ਨਾਲ ਗਿੱਲੇ ਹੋਣ ਇਸ ਕਰਕੇ ਯਾਤਰੇ ਜੂਸ ਕਰਦੇ ਨੇ ਉਦੋਂ ਠੀਕ ਹੈ ਜੀ ਯਾਤਰਾ ਆਪਣੇ ਵੀਰਸ ਇਹ ਡੇਲੀ ਫਾਰਮਾ ਤੇ ਵੀ ਯੂਜ਼ ਕਰਦੇ ਨੇ ਕਿਉਂ ਪਾਣੀ ਪੂਣੀ ਦਾ ਕੰਮ ਹੁੰਦਾ ਜਦੋਂ ਪਹੂ ਪਹੂ ਚੁਵਾਈ ਕਰਨੀ ਹੁੰਦੀ ਉਦੋਂ ਪਾਣੀ ਦਾ ਪਾਣੀ ਦੀ ਲੋਡ ਪੈਂਦੀ ਤਾਂ ਰਕੇ ਜਦਾਂ ਵੀ ਇਹ ਜਦਾਂ ਕਹਿ ਸਕਦੇ ਗਿੱਲੇ ਨਹੀਂ ਹੁੰਦੇ ਨਾਲ ਆਪਣੇ ਕੱਪੜੇ ਨਹੀਂ ਗਿੱਲੇ ਹੁੰਦੇ ਜਦਾਂ ਪੈਂਟ ਨਹੀਂ ਗਿੱਲੇ ਹੁੰਦੀ ਠੀਕ ਹੈ ਅੱਗੇ ਆ ਗਿਆ ਆਪਣਾ ਕਰਿਓਲਾ ਕਰਿਓਲਾ ਕਹਿੰਦੇ ਨੇ ਰੇੜੀ ਨੂੰ ਜਿਹਦੇ ਵਿੱਚ ਆਪਾਂ ਫਿੰਨੋ ਪਾ ਕੇ ਜਾਂ ਪਾਲੀਆ ਪਾ ਕੇ ਕੋਈ ਉਸ ਮਾਣ ਆਪਾਂ ਸਿਰ ਤੇ ਨਹੀਂ ਚੱਕਦੇ ਸਭ ਤੋਂ ਮੇਨ ਗਲਤ ਨੂੰ ਦੱਸਦੇ ਆਂ ਵੀ ਇਹਦੀ ਵੱਤੋਂ ਤਾਂ ਕੀਤੀ ਜਾਂਦੀ ਆ ਜੀ ਕਿ ਆਪਾਂ ਤਿੰਜਾ ਕੇ ਸਮਾਨ ਇਤੋਈ ਫਿਰਨਾ ਨਾ ਸਿਰ ਤੇ ਚੱਕਦੇ ਨੇ ਨਾ ਮੋਢੇ ਦੇ ਆਪਣੇ ਹੁਣ ਜਿਦਾਂ ਆਦਤਾਂ ਨੇ ਲੋਕਾਂ ਨੂੰ ਜਿਦਾਂ ਵੀ ਆਦਤ ਲਾ ਲਓ ਜਾਂ ਸ਼ੁਰੂ ਤੋਂ ਇਦਾਂ ਚੱਲਦਾ ਪਿਆ ਇਹ ਕੰਮ ਜਿਦਾਂ ਵੀ ਉਹ ਟੋਕਰੀ ਚੱਕ ਲਓ ਪੱਠੇ ਪਾ ਦੋ ਟੋਕਰੀ ਚੱਕ ਲਓ ਕੋਈ ਵੀ ਕੰਮ ਕਰਨਾ ਤੇ ਜਿਦਾਂ ਸਿਰ ਤੇ ਰੱਖ ਲੈਣਾ ਪਰ ਇਹ ਜਿਦਾਂ ਵੀ ਸਿਰ ਤੇ ਨਹੀਂ ਰੱਖਣ ਦਿੰਦੇ ਸਮਾਨ ਭਾਵੇਂ ਕੋਈ ਬੰਦਾ ਕੰਮ ਵਾਲਾ ਹੈ ਤੇ ਭਾਵੇਂ ਖੁਦ ਮਾਲ ਕੇ ਠੀਕ ਹੈ ਜੀ ਸ਼ੁਰੂ ਤੋਂ ਇਹਨਾਂ ਦਾ ਇਦਾਂ ਦਾ ਹੀ ਜਿਦਾਂ ਬਣਿਆ ਹੋਇਆ ਨੇਚਰ ਲਾ ਲਓ ਜਾਂ ਕੋਸ਼ਿਸ਼ ਠੀਕ ਕਿੰਦੇ ਸਿਰ ਤੇ ਸਮਾਨ ਹੀ ਚੱਕਣਾ ਇਸ ਕਰਕੇ ਕਰਿਓਲੇ ਦੀ ਰੋਡ ਮੈਂਦੀ ਆਪਾਂ ਨੂੰ 11 ਜੀ 6 ਗਾ ਸੀਗਾ ਦੋ ਤਿੰਨ ਤਰ੍ਹਾਂ ਦਾ ਵਾ ਕੋਈ ਜਿੱਦਾਂ ਹੁਣ ਆਹ ਵਾਲਾ ਇਹਦੇ ਜਿੱਦਾਂ ਵੀ ਸਿਰਫ ਸਿੱਧਾ ਹੀ ਲੱਗਾ ਵਾ ਕਈਆਂ ਦੇ ਜਿੱਦਾਂ ਆਪਣੇ ਜਿੱਦਾਂ ਆਰੀ ਹੁੰਦੀ ਹੈ ਨਾ ਜਿੱਦਾਂ ਇਹ ਹੈ ਇਹ ਵੀ ਆਰੀ ਹੈ ਉਹਦੇ ਜਿੱਦਾਂ ਵੀ ਆਰੀ ਲੱਗੀ ਹੁੰਦੀ ਹੈ ਜਿੱਦਾਂ ਹੁੰਦੀ ਹੈ ਹਾਥ ਜਿੱਦਾ ਮੋਠੀ ਜੀ ਲੱਗੀ ਹੁੰਦੀ ਨਾਲ ਤੇ ਸੌਖੀ ਜਿਹਾ ਫੜਨੀ ਜਿੱਦਾਂ ਤੇ ਆਜ ਤਾਂ ਕੁਛ ਇੱਕ ਹੋਰ ਪਿਕ ਹੈ ਉਹਦਾ ਕਰਕੇ ਮੈਨੂੰ ਆ ਵਧੀਆ ਲੱਗੀ ਮੈਂ ਲਾਤੀ ਠੀਕ ਸੀਗਾ ਕਹਿੰਦੇ ਨੇ ਆਰੀ ਨੂੰ ਲੱਕੜ ਵਾਲੀ ਆਰੀ ਨੂੰ ਤਰਾ ਪਿਆਨਟਾਟੋਰੀ ਤਰਾ ਪਿਆਨਤਾ ਤੋਰੇ ਕਹ ਦਿੰਦੇ ਨੇ ਜਿੱਦਾਂ ਵੇਖੋ ਮੋਹਰੇ ਬਣੇ ਚੁੰਝ ਜੀ ਇਹਨੇ ਦੀ ਪਿਛਲੇ ਪਾਸੇ ਜਿੱਥੇ ਮੋਰੀ ਜੀ ਉੱਥੇ ਜਿੱਦਾਂ ਫੜ ਲੈਣਾ ਵਾ ਤੇ ਚੁੰਝ ਜੀ ਠਾਣ ਨੱਪਣੀ ਆ ਤੇ ਇਹਦੇ ਮੋਰੀ ਨਿਕਲਾਉਣੇ ਆ ਇਹਦੇ ਵਿੱਚ ਆਪਾਂ ਲਾ ਦਨਾ ਵਾ ਕੋਈ ਬੂਟਾ ਪਨੀਰੀ ਲਾਉਣ ਵਾਸਤੇ ਜਿੱਦਾਂ ਜੋ ਪਨੀਰੀ ਜਿੱਦਾਂ ਵੱਡੀ ਹੁੰਦੀ ਥੋੜੀ ਬੂਟੇ ਲਾਉਣ ਵਾਲੇ ਹੁੰਦੇ ਉਹਦੇ ਵਿੱਚ ਇਹਨੂੰ ਸਿੱਧਾ ਵਿੱਚ ਘਟਨਾ ਵਾ ਇਹਨੂੰ ਕੱਢ ਲੈਣਾ ਮੋਰੀ ਜੀ ਪੈਣੀ ਉਹਦੇ ਵਿੱਚ ਆਪਾਂ ਬੂਟਾ ਲਾ ਦਨਾ ਵਾ ਸਾਈਡ ਦੇ ਬਾਹਰ ਮਿੱਟੀ ਲਾ ਦੇਣੀ ਇਸ ਕਰਕੇ ਇਹ ਵਰਤੈ ਨੇ ਇਹਨੂੰ ਕਹਿੰਦੇ ਨੇ ਤਰਾ ਪਿਆਨਤਾ ਤੋਰੇ ਠੀਕ ਹੈ ਜੀ ਅਗਿਆ ਜੀ ਪ ਪਲੈਤਾ ਜਦੋਂ ਛੋਟਾ ਜਿਹਾ ਹੁੰਦਾ ਵਾ ਜਦਾਂ ਡੇਢ ਕਿੱਠ ਦਾ ਲਾ ਲਓ ਠੀਕ ਹੈ ਜੀ ਇਹ ਪਿੱਛੋਂ ਫੜ ਲੈਣਾ ਅਗਲੇ ਬੰਨੇ ਜਦਾਂ ਆਪਾਂ ਕੋਈ ਚੀਜ਼ ਆ ਜਦਾਂ ਜਦਾਂ ਆਪਣੇ ਰੰਬਾ ਕਹਿੰਦੇ ਨੇ ਨਾ ਜੀ ਉਹ ਇਹ ਸਮਝ ਲਓ ਪਲੈਤਾ ਇਹਨੂੰ ਰੰਬੀ ਨੂੰ ਕਹਿੰਦੇ ਆ ਜਾਂ ਆਪਣੇ ਰੰਬਾ ਕਹਿੰਦੇ ਜਾਂ ਆਪਣੇ ਉਹ ਸਮਾਨ ਪਾਉਣ ਵਾਲੇ ਨੇ ਹੁੰਦਾ ਜਦਾਂ ਆਪਾਂ ਦੁਕਾਨਾਂ ਦੇ ਵਿੱਚ ਹੁੰਦੇ ਉਹ ਖੁਰਪਾਇਆ ਜਿਹੜਾ ਜਿੰਨਾ ਸਮਾਨ ਖੰਡ ਖੰਡ ਜੋਖਦੇ ਹੁੰਦੇ ਆ ਇਹ ਉਹ ਆ ਜਿੰਨਾ ਪਲੈਤਾ ਠੀਕ ਹੈ ਅੱਗੇ ਆਗੇ ਜੀ ਪਦਾਨੇ ਤੇ ਬੰਕਾਲੇ ਪਦਾਨਨੇ ਤੇ ਬੰਕਾਲੀ ਇਹੋ ਚੀਜ਼ ਹੈ ਜਿੱਥੇ ਜਿਹਦੇ ਵਿੱਚ ਆਪਾਂ ਸਮਾਨ ਜਿੱਦਾਂ ਮੰਨ ਲਓ ਕੋਈ ਆਪਣੇ 10 ਬੋਰੇ ਲਿਆਂਦੇ ਕਿਸੇ ਨੇ ਤੇ ਇਹ ਥੱਲੇ ਰੱਖ ਲਈਦਾ ਹੈ ਕਿ ਜਿੱਦਾਂ ਥੱਲੇ ਜਿਹੜਾ ਆਪਣੀ ਧਰਤੀ ਦਾ ਜਿਹੜਾ ਧਰਤੀ ਦੇ ਨਾਲ ਸਮਾਨ ਨਾ ਲੱਗੇ ਤੇ ਜਿਹਦੇ ਨਾਲ ਸਮਾਨ ਖਰਾਬ ਨਾ ਹੋਵੇ ਇਸ ਕਰਕੇ ਇਹਨੂੰ ਥੱਲੇ ਰੱਖ ਲਈਦਾ ਵਾ ਕਿ ਕੋਈ ਉਹਨੂੰ ਉਲੀ ਨਾ ਲੱਗੇ ਸਮਾਨ ਨੂੰ ਜਾਂ ਕੁਝ ਵੀ ਜਿੱਦਾਂ ਖਰਾਬ ਨਾ ਹੋਵੇ ਸਮਾਨ ਉਹਦੇ ਵਾਸਤੇ ਯੂਜ਼ ਹੁੰਦਾ ਹੈ ਜਾਂ ਆਪਣੇ ਫਿੰਨੂ ਵਾਸਤੇ ਯੂਜ਼ ਕਰਦੇ ਨੇ ਲੋਕੀ ਤੇ ਇਸ ਕਰਕੇ ਇਹ ਚੀਜ਼ ਵੀ ਇੱਕ ਆਪਣੀ ਬਹੁਤ ਵਰਤੋਂ ਜਾਂਦੀ ਆ ਯਾਤਰ ਖੇਤੀ ਵਾਲਿਆਂ ਦੇ ਗਾਰਡਨ ਵਾਲਿਆਂ ਦੇ ਜਾਂ ਡੇਰੀ ਫਾਰਮ ਵਾਲਿਆਂ ਦੇ ਜਾਂ ਦਕਾਨਾਂ ਵਾਲਿਆਂ ਦੇ ਇਹ ਬਹੁਤ ਵਰਤਮੰਦੇ ਚਾਹਦਾ ਠੀਕ ਹੈ ਲੱਕੜ ਦਾ ਹੁੰਦਾ ਇਹ ਪਦਾਨੇ ਬੰਕਾਲੀ ਅੱਗੇ ਆਇਆ ਜੀ ਪਾਲਾ ਪਾਲਾ ਕਿਹਾ ਸਰਦਿਆਂ ਆਪਾਂ ਇਹ ਆਪਣੇ ਬੇਲ ਚਾਹ ਜੇ ਕਹਿ ਦਿੰਦੇ ਉਹਨੂੰ ਠੀਕ ਹੈ ਅੱਗੇ ਆ ਗਿਆ ਜੀ ਜਾਪਾ ਜਾਪਾ ਆਪਾਂ ਆਪਣੇ ਕਈ ਨੂੰ ਵੀ ਕਹਿ ਦਿੰਦੇ ਆ ਇਹ ਜਿੱਦਾਂ ਜਾਪਾ ਕਹਿ ਦਿੰਦੇ ਨੇ ਛੋਟੀ ਗਈ ਹੁੰਦੀ ਇਹਨਾ ਇੱਥੇ ਵੱਡੀ ਗਈ ਨਹੀਂ ਹੁੰਦੀ ਇਟਲੀ ਦੇ ਵਿੱਚ ਛੋਟੀ ਗਈ ਆ ਉਹਨੂੰ ਕਹਿੰਦੇ ਨੇ ਜਾਪਾ ਕੋਈ ਆਪਾਂ ਸਬਜ਼ੀ ਗੋੜਨੀ ਜਾਂ ਕਿ ਆਪਾਂ ਕੋਈ ਵੀ ਕੰਮ ਇਦਾਂ ਦਾ ਕਰਨਾ ਉਹਦੇ ਵਾਸਤੇ ਜੂਸ ਹੁੰਦਾ ਹੈ ਆ ਆ ਗਿਆ ਜੀ ਪਿਆੰਤਾ ਬੁਲਬੀ ਪਿਆੰਤਾ ਬੁਲਬੀ ਉਹ ਚੀਜ਼ ਹੈ ਜਿੱਦਾਂ ਇਹ ਨਾ ਜਿੱਦਾਂ ਇਹਨੂੰ ਨੱਪਣਾ ਹੈ ਤੇ ਇਹਨੇ ਸਾਰੀ ਮਿੱਟੀ ਵਿੱਚੋਂ ਜਿਹੜੀ ਉਹ ਮੋਰੀ ਵਾਲੀ ਜਿਹੜੀ ਹੁਣੇ ਜਿੱਦਾਂ ਥੋੜਾ ਬੂਟਾ ਵੱਡਾ ਲਾਉਣਾ ਜਦੋਂ ਆਪਾਂ ਕੋਈ ਕੋਈ ਆਪਾਂ ਪਲਾਂਟ ਕੋਈ ਜਿੱਦਾਂ ਲਾਉਣਾ ਕੋਈ ਦਰਖਤ ਦਾ ਬੂਟਾ ਲਾ ਲੋ ਜਾਂ ਆਪਾਂ ਕੋਈ ਜਿੱਦਾਂ ਫੁੱਲ ਦਾ ਬੂਟਾ ਵੱਡਾ ਲਾਉਣਾ ਥੋੜਾ ਜਿਆਦਾ ਦੇਖੋ ਮੈਂ ਫੋਟੋ ਫੋਟੋ ਸਪੈਸ਼ਲ ਲਾਈ ਹੈ ਇਹ ਵਾਲੇ ਬੂਟੇ ਵਾਸਤੇ ਤਾਂ ਆਪਾਂ ਨੂੰ ਇਹ ਵਾਲਾ ਪਿਆਨਤਾ ਬੁਲਬੀ ਚਾਹੀਦੀ ਹੈ ਜਿੱਦਾਂ ਉਹ ਇਹਦਾ ਨੱਪਣੀ ਹੈ ਤੇ ਕੱਢ ਲੈਣਾ ਤੇ ਮਿੱਟੀ ਬਾਹਰ ਨਿਕਲ ਜਾਣੀ ਜਿੱਦਾਂ ਆਪਣੇ ਬੋਰ ਕਰਨ ਵਾਲੇ ਕਰ ਦਿੰਦੇ ਨੇ ਉਦਾਂਵੇਂ ਠੀਕ ਹੈ ਜੀ ਅੱਗੇ ਆ ਗਿਆ ਰਸਟਰੇਲੋ ਰਸਟਰੇਲੋ ਜਿੱਦਾਂ ਕੋਈ ਆਪਾਂ ਪੱਤੇ ਬੁੱਤੇ ਜਿੱਦਾਂ ਖਲਰਿਆ ਜਾਂ ਘਾਹ ਖਲਰਿਆ ਉਹਦੇ ਵਾਸਤੇ ਖਿੱਚਣ ਵਾਸਤੇ ਅੱਗੇ ਆ ਗਿਆ ਜੀ ਰਸਟਰੇਲੀਨੋ ਇਸ ਤਰ੍ਹਾਂ ਲਈ ਨੂੰ ਇਹ ਵੀ ਜਿੱਦਾਂ ਆਪਾਂ ਬੈਠ ਕੇ ਵੀ ਕਰ ਸਕਦੇ ਤੇ ਉਦਾਂ ਕਈ ਵਾਰ ਜਦਾਂ ਨਾ ਲੀਵਲ ਉਵੇਂ ਵੀ ਛਾੜਦੇ ਹੁੰਦੇ ਦੇ ਨਾਲ ਜਿੱਦਾਂ ਜਿੱਦਾਂ ਆਪਾਂ ਇਦਾਂ ਹੱਥਾਂ ਨਾਲ ਨੇ ਉਂਗਲਾਂ ਦੇ ਨਾਲ ਆਪਾਂ ਕਰਦੇ ਆ ਇਹ ਇਸ ਚੀਜ਼ ਨਾਲ ਕਰਦੇ ਨੇ ਠੀਕ ਹੈ ਜੀ ਅੱਗੇ ਆ ਗਾ ਦਾਤਰ ਰੰਗ ਕੋਲਾ ਠੀਕ ਹੈ ਜੀ ਅੱਗੇ ਆ ਗਾ ਫਾਲਚ ਜਿਹਨੂੰ ਆਪਾਂ ਉਹ ਆਪਣੇ ਨੇ ਉਹ ਜਦੋਂ ਆਪਾਂ ਕਰਦਨੇ ਹ ਦਤਰੀ ਜੀ ਜਿਹਦੇ ਨਾਲ ਆ ਗੂਗ ਲਾਉਂਦੇ ਨੇ ਹਾਂ ਜਾਂ ਆਪਾਂ ਕੋਈ ਇਹੋ ਜਿਹਾ ਕੰਮ ਕਰਦੇ ਆ ਜਿਹੜਾ ਤਿੱਖਾ ਹੁੰਦਾ ਮੂਰੇ ਥੋੜਾ ਜਿਹਾ ਤੇ ਜਾਂ ਰੁੱਖਾਂ ਦੇ ਪੱਤੇ ਪੁੱਤੇ ਝਾੜ ਦਿੰਦੇ ਉਦੋਂ ਜਦੋਂ ਇਸ ਚੀਜ਼ ਦੀ ਲੋੜ ਪੈਂਦੀ ਹੈ ਤੇ ਇਹਨੂੰ ਕਹਿੰਦੇ ਫਾਲਚ ਅੱਗੇ ਆ ਗਿਆ ਫਾਲਚ ਫੀ ਨਾਇਆ ਇਹ ਜਿਹੜਾ ਦਾਤਰ ਜਿਹੜਾ ਆਪਣੇ ਜਿਹਨੂੰ ਆਪਣੇ ਕਹਿੰਦੇ ਪੱਠੇ ਵੱਢਣ ਨਾਲ ਦਾਤਰ ਵੱਢਦਾ ਹੈ ਠੀਕ ਹੈ ਜੀ ਅੱਗੇ ਆ ਗਿਆ ਪਿਕੋਨੇ ਪਿਕੋਨੇ ਜਿੱਦਾਂ ਤਾਂ ਮੈਂ ਪਿਕ ਦਿਖਾਈ ਹੈ ਤੁਸੀਂ ਦੇਖ ਸਕਦੇ ਪਿਕੋਨੇ ਉਹ ਜਦੋਂ ਆਪਾਂ ਕੋਈ ਪੱਥਰ ਵਾਲੀ ਚੀਜ਼ ਤਾਂ ਜਿੱਦਾਂ ਰੋੜਿਆਂ ਰਾਣਿਆਂ ਦੇ ਉੱਤੋਂ ਜਾਂ ਪੱਥਰ ਜਿੱਦਾਂ ਇਸ ਚੀਜ਼ ਨੂੰ ਪਟਣਾ ਪੁੱਟਣਾ ਤੇ ਉਦੋਂ ਇਸ ਚੀਜ਼ ਦੀ ਲੋੜ ਪੈਂਦੀ ਹੈ ਠੀਕ ਹੈ ਅੱਗੇ ਆ ਗਿਆ ਚਿਸੋਈਏ ਚਿਸੋਈਏ ਵੀ ਕਹਿ ਸਕਦੇ ਫੋਰ ਵਿੱਚ ਵੀ ਕਹਿ ਸਕਦੇ ਠੀਕ ਹੈ ਜੀ ਦੋਨੇ ਚੀਜ਼ਾਂ ਚੱਲ ਸਕਦੀਆਂ ਵਾਂ ਚਿਸੋਈਏ ਜਿੱਦਾਂ ਉਹਦਾ ਵੈਸੇ ਇਹਦਾ ਨਾਮ ਹੈ ਬਟ ਆਪਾਂ ਪੰਜਾਬੀ ਦੇਸੀ ਭਾਸ਼ਾ ਦੇ ਵਿੱਚ ਇਹਨੂੰ ਕਹਿ ਸਕਦੇ ਕੈਂਚੀ ਵੀ ਕਹਿ ਸਕਦੇ ਇਹਨੂੰ ਤਾਂ ਆਪਾਂ ਚਿਸੋਈਏ ਵੀ ਕਹਿ ਸਕਦੇ ਹਾਂ ਪਰ ਕੈਂਚੀ ਜਿਹੜੀ ਉਹ ਹੁੰਦੀ ਜਿਹੜੀ ਆਪਾਂ ਜਿੱਦਾਂ ਆਪਾਂ ਕੱਪੜੇ ਕੱਟਦੇ ਹਾਂ ਠੀਕ ਹੈ ਜੀ ਉਹ ਹੁੰਦੀ ਫੋਰ ਵਿੱਚ ਅੱਗੇ ਆ ਗਿਆ ਚਿਸੋਈਏ ਫਿਰ ਸੇਪ ਏ ਯਾਨੀ ਕਿ ਆਹ ਵਾਲੀ ਜਿਹੜੀ ਚਿਸੋਈਏ ਆ ਇਹ ਜਿੱਦਾਂ ਸੇਵੇ ਮਤਲਬ ਹੁੰਦਾ ਵਾ ਕੋਈ ਆਪਾਂ ਵੇਲ ਕੱਟਣੀ ਉਹਦੇ ਵਾਸਤੇ ਠੀਕ ਹੈ ਜੀ ਚੋਈਏ ਤਾਲਿਆ ਰਾਮੀ ਤਾਲਿਆ ਰਾਮੀ ਰਾਮੀ ਮਤਲਬ ਦਾ ਟਾਣੀ ਘਟਨੀ ਹੈ ਟਾਣੀ ਘਟਨ ਵਾਸਤੇ ਜਿੱਦਾਂ ਆਹ ਵਾਲਾ ਪਣਿਚ ਸੋਈ ਦੀ ਲੋੜ ਪੈਂਦੀ ਹੈ ਅਚੇਤਾ ਕਵਾਹੜਾ ਸਕੂਰੇ ਵੀ ਕਹਿ ਸਕਦੇ ਠੀਕ ਹੈ ਜੀ ਅਚੇਤਾ ਵੀ ਕਹਿ ਸਕਦੇ ਸਕੂਰੇ ਵੀ ਕਹਿ ਸਕਦੇ ਅਗਿਆ ਜੀ ਵੰਗਾ ਵੰਗਾ ਵਿੱਚ ਜਦੋਂ ਆਪਾਂ ਜਦੋਂ ਆਪਾਂ ਕੋਈ ਲਾ ਲੋ ਕਿਲਾ ਘਟਨਾ ਪੰਜਾਬੀ ਪਹਿਲ ਕਿਲਾ ਘਟਨ ਉਹਦੇ ਵਾਸਤੇ ਜਿੱਦਾਂ ਠਾਣਾ ਆਪਾਂ ਮਾਰਨਾ ਹੈ ਤੇ ਇਹਦਾ ਜਿੱਦਾਂ ਕੁੱਪਾਇਆ ਬਣਿਆ ਹੁੰਦਾ ਅੱਧਾ ਪਾਈਪ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੁੱਪਾਇਆ ਗਲੇ ਬੰਨੇ ਬਣਿਆ ਹੁੰਦਾ ਥੱਲੇ ਮਾਰਨਾ ਧਰਤੀ ਦੇ ਵਿੱਚੋਂ ਤੇ ਉਹ ਜਦੋਂ ਉੱਨਾ ਹੀ ਨਿਕਲਣਾ ਜਿੱਦਾਂ ਠੀਕ ਹੈ ਜੀ ਤੇ ਉਹਦੇ ਵਾਸਤੇ ਵਰਤੂਮ ਜਾਂਦਾ ਹੈ ਤੇ ਇਹ ਸੀ ਕਿ ਅੱਜ ਆਪਣੇ ਜਿੱਦਾਂ ਜਿਹੜੇ ਆਪਣੇ ਖੇਤੀ ਦੇ ਵਿੱਚ ਡੇਰੀ ਦੇ ਵਿੱਚ ਜਾਂ ਆਪਣੇ ਗਾਰਡਨ ਦੇ ਵਿੱਚ ਵਰਤੂਮ ਵਾਲੇ ਘਰੇਲੂ ਸੰਦ ਕਹਿ ਸਕੋ ਆ ਤੁਸੀਂ ਜਾਂ ਸਮਾਨ ਕਹੋ ਤੁਸੀਂ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਜਰੂਰ ਦੱਸਿਓ ਮੈਂ ਕੋਸ਼ਿਸ਼ ਕੀਤੀ ਕੋਈ ਚੰਗੀ ਜਿਹਾ ਵੀ ਵੱਖਰੀ ਚੀਜ਼ ਜਿਹਦੇ ਨਾਲ ਚੰਗੀ ਤਰ੍ਹਾਂ ਐਕਸਪਲੇਨ ਹੋ ਜਾਏ ਕਿਉਂਕਿ ਜੇ ਮੈਂ ਤੁਹਾਨੂੰ ਉਦਾਂ ਦੱਸਾਂ ਤਾਂ ਤੁਹਾਨੂੰ ਸਮਝ ਨਹੀਂ ਲੱਗਣੀ ਹੁਣ ਤੁਸੀਂ ਫੋਟੋ ਪਿਕ ਵੇਖ ਸਕਦਾ ਜੀ ਸਾਰੀ ਵੀਡੀਓ ਦੇ ਵਿੱਚ ਤੇ ਤੁਸੀਂ ਚੰਗੀ ਤਰ੍ਹਾਂ ਦੇਖ ਕੇ ਤੇ ਇਹਨੂੰ ਰੀਡ ਕਰਕੇ ਇਹਨੂੰ ਚੰਗੀ ਤਰ੍ਹਾਂ ਸਮਝ ਕੇ ਤਾਂ ਇਹ ਜਿਹੜੇ ਆ ਚੀਜ਼ਾਂ ਵਾ ਜਰੂਰ ਤੁਸੀਂ ਯਾਦ ਕਰੋ ਤੁਹਾਡੇ ਜਰੂਰ ਕੰਮ ਆਉਣਗੀਆਂ ਜਿਹੜੇ ਬੰਦਿਆਂ ਨੂੰ ਕੰਮ ਆਉਣਗੀਆਂ ਉਹਨਾਂ ਬੰਦਿਆਂ ਨੇ ਤੇ ਜਿੱਦਾਂ ਕਹਿਣਾ ਵੀ ਵਧੀਆ ਚੀਜ਼ ਹੈ ਮੈਂ ਨੈਟ ਤੇ ਕਿਹੜੀ ਮੈਨੂੰ ਤਾਂ ਨਹੀਂ ਲੱਗੀਆਂ ਤੁਹਾਨੂੰ ਲੱਗੀਆਂ ਤੁਸੀਂ ਦੱਸਿ